ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਟੀ ਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਬਾਰ ਬਾਰ ਰਿਪੀਟ ਕਰਨ ਦੀ ਮੈਨੂੰ ਲੱਗਦਾ ਨਹੀਂ ਹੈ ਕਿ ਲੋੜ ਹੈ, ਕਿਉਂਕਿ ਆਪਾਂ ਹਰ ਵਾਰੀ ਇੱਕ ਨਵੀਂ ਪਰਸਨੈਲਿਟੀ ਦੇ ਨਾਲ ਮਿਲਦੇ ਹਾਂ, ਚਾਹੇ ਉਹ ਇੱਕ ਉੱਭਰਦੀ ਹੋਈ ਪਰਸਨੈਲਿਟੀ ਹੋਵੇ ਜਾਂ ਆਲਰੇਡੀ ਇੱਕ ਫੇਮਸ ਪਰਸਨੈਲਿਟੀ ਹੋਵੇ। ਆਪਾਂ ਇੱਕ ਹੈਂਡਸਮ ਕੁੜੀ ਨਾਲ, ਮੁੰਡੇ ਨਾਲ, ਇੱਕ ਸਮਾਰਟ, ਆਪਾਂ ਇਹ ਵਰਡ ਤਾਂ ਯੂਜ਼ ਕਰਦੇ ਹੀ ਹਾਂ, ਹੈਂਡਸਮ ਹੋ ਗਿਆ, ਸਮਾਰਟ ਹੋ ਗਿਆ, ਲੇਕਿਨ ਅੱਜ ਆਪਾਂ ਜਿਹੜਾ ਵਰਡ ਯੂਜ਼ ਕਰਨ ਵਾਲੇ ਹਾਂ ਉਹ ਹੈ ਕਿਊਟ ਪਰਸਨੈਲਿਟੀ। ਕਿਊਟ ਯਾਨੀ ਕਿ ਇੱਕ ਕਿਊਟ ਜੀ, ਛੋਟੀ ਜੀ ਪਰਸਨੈਲਿਟੀ, ਜਿਹੜੀ ਅੱਜ ਕੱਲ੍ਹ ਟਿਕਟੋਕ ਵਰਗੀ ਜਿਹੜੀ ਐਪ ਹੈ, ਆਪਾਂ ਸਾਰੇ ਬਾਖੂਬੀ ਜਾਣਦੇ ਹਾਂ ਕਿ ਟਿਕਟੋਕ ਅੱਜ ਕੱਲ੍ਹ ਬੜੀ ਫੇਮਸ ਐਪਲੀਕੇਸ਼ਨ ਆ, ਹਰ ਇੱਕ ਬੰਦਾ ਉਹਨੂੰ ਯੂਜ਼ ਕਰ ਰਿਹਾ ਆ, ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰੇ ਯੂਜ਼ ਕਰ ਰਹੇ ਨੇ। ਸੋ ਇਹ ਟਿਕਟੋਕ ਦੀ ਇੱਕ ਛੋਟੀ ਜੀ ਕਿਊਟ ਜੀ ਫੇਮਸ ਪਰਸਨੈਲਿਟੀ ਹੈ, ਜਿਹਦੀਆਂ ਵੀਡੀਓਜ਼ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ। ਸੋ ਅੱਜ ਉਹ ਆਪਣੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ। ਸੋ ਲੈਟ ਸਟਾਰਟ। ਉਹ ਮੈਂ ਹੀ ਤੇ ਕਿਹਾ ਆਪਣੇ ਉਸਤਾਦ ਪੰਮੀ ਬਾਈ ਨੀ ਮੈਂ ਪਾਣੀ ਭਰਦੀਆਂ। ਸਤਿ ਸ੍ਰੀ ਅਕਾਲ ਤਾਈ, ਕੀ ਹਾਲ ਹੈ? ਰਹਿਣ ਦੇ ਵੀ ਤੂੰ ਹਾਲ ਚਾਲ ਪੁੱਛਣ ਨੂੰ, ਐਵੇਂ ਪਿੰਡ 'ਚ ਗੱਲ ਉੱਠ ਜੂ। ਉਹ ਤੂੰ ਉਮਰ ਦੇਖ ਲੈ ਆਪਣੀ ਤਾਈ, ਛੜੇ ਬੰਦੇ ਦਾ ਕੀ ਵਸਾ, ਭੁੱਖਾ ਕਿਹੜੀ ਵੇਹੀ ਲਿਸੀ ਦੇਖਦਾ। ਆਂਟੀ ਜੀ ਜੈ ਮਾਤਾ ਦੀ। ਕੌਣ ਬੋਲ ਰਹੇ ਹੋ? ਪੂਜਾ ਬੋਲਦੀ ਆ, ਦੀਪੀ ਦੀ ਫਰੈਂਡ। ਗੱਲ ਕਰਾਇਓ ਪਲੀਜ਼। ਅਰੋਸ਼ੀ ਅਕ ਅਲੋ ਅਕ ਆ ਦੇਖੋ ਜੁਮਾ, ਪਤਾ ਨਹੀਂ ਅੱਜ ਵੀਰਵਾਰ ਆ ਕੇ ਜੁਮਾ। ਹੈਲੋ। ਹੈਲੋ। ਅੱਛਾ, ਮੈਨੂੰ ਪਹਿਲਾਂ ਇਹ ਦੱਸੋ ਤੁਹਾਡਾ ਨਾਮ ਕੀ ਹੈ? ਨਮਨ ਕੰਦਾਰੀ। ਉੱਚੀ? ਨਮਨ ਕੰਦਾਰੀ। ਓਕੇ, ਤੇ ਮੈਨੂੰ ਦੱਸੋਗੇ ਕਿ ਨਮਨ ਵੀਡੀਓਜ਼ ਬਣਾਉਂਦੇ ਹੋ ਟਿਕਟੋਕ ਤੇ? ਕਿੰਨੀਆਂ ਕੀ ਵੀਡੀਓਜ਼ ਬਣ ਗਈਆਂ ਹੁਣ ਤੱਕ, ਕੁਛ ਯਾਦ ਹੈ ਕਿੰਨੀਆਂ ਕੀ ਵੀਡੀਓਜ਼ ਬਣ ਗਈਆਂ ਟਿਕਟੋਕ ਤੇ ਹੁਣ ਤੱਕ? ਵੈਸੇ ਕਾਊਂਟਿੰਗ ਕਰਕੇ ਦੱਸੋ ਸਾਡੇ ਵਿਊਅਰਸ ਨੂੰ। 100 100 ਵੀਡੀਓ ਬਣ ਗਈਆਂ ਜੀ ਇਹਨਾਂ ਦੀਆਂ ਹੁਣ ਤੱਕ ਟਿਕਟੋਕ ਤੇ। 100 ਨਹੀਂ ਬਣੀਆਂ, 100 ਬਣ ਗਈਆਂ ਨੇ। ਤੇ ਆਪਾਂ ਗੱਲ ਕਰਦੇ ਹਾਂ ਨਮਨ, ਕਿ ਕਿਹੜੀ ਕਲਾਸ 'ਚ ਹੋ ਤੁਸੀਂ? ਮੈਂ ਕੇ ਜੀ ਦੀ। ਕਿਹੜੀ ਵਿੱਚ? ਕੇ ਜੀ ਦੀ। ਅੱਛਾ, ਤੇ ਹੁਣ ਤੁਸੀਂ ਕਿੱਥੋਂ ਆਏ ਹੋ, ਕਿਹੜੇ ਸ਼ਹਿਰ ਤੋਂ ਆਏ ਹੋ? ਮੁਕਤਸਰ ਤੋਂ। ਮੁਕਤਸਰ ਤੋਂ ਆਏ ਹੋ, ਅੱਛਾ। ਤੇ ਔਖਾ ਤਾਂ ਨਹੀਂ ਲੱਗਿਆ ਇੱਥੇ ਆਉਣਾ? ਗੁੱਸਾ ਤਾਂ ਨਹੀਂ ਚੜ ਰਿਹਾ, ਅਸੀਂ ਕੈਮਰਾ ਕੁਮਰਾ ਔਨ ਕਰਕੇ ਬੈਠੇ ਹਾਂ, ਪੱਕੀ ਗੱਲ ਆ? ਅੱਛਾ, ਅਤੇ ਨਮਨ ਮੈਨੂੰ ਇੱਕ ਗੱਲ ਦੱਸੋ, ਸਾਡੇ ਦਰਸ਼ਕ ਜਿਹੜੀ ਮੇਨ ਚੀਜ਼ ਇਹ ਜਾਣਨਾ ਚਾਹੁੰਦੇ ਨੇ ਕਿ ਤੁਸੀਂ ਬਹੁਤ ਜ਼ਿਆਦਾ ਛੋਟੇ ਹੋ, ਠੀਕ ਹੈ, ਅਤੇ ਵੀਡੀਓਜ਼ ਜਦੋਂ ਤੁਸੀਂ ਬਣਾਉਂਦੇ ਹੋ ਤੁਹਾਨੂੰ ਕੌਣ ਸਿਖਾਉਂਦਾ ਆ ਐਕਟਿੰਗ, ਡਾਇਲੌਗ ਕੌਣ ਸਿਖਾਉਂਦਾ? ਪਾਪਾ। ਉੱਚੀ? ਪਾਪਾ। ਅੱਛਾ, ਕਦੋਂ ਕਦੋਂ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਬਣਾਉਂਦੇ ਹੋ ਜਾਂ ਬਾਅਦ 'ਚੋਂ ਬਣਾਉਂਦੇ ਹੋ ਆ ਕੇ ਵੀਡੀਓਜ਼? ਬਾਅਦ 'ਚੋਂ ਬਣਾਉਂਦੇ ਹੋ। ਅਤੇ ਜਿਹੜੇ ਡਾਇਲੌਗਸ ਹੁੰਦੇ ਨੇ ਉਹ ਡਾਇਲੌਗ ਤੁਸੀਂ ਇੱਕ ਦਿਨ ਪਹਿਲਾਂ ਯਾਦ ਕਰਦੇ ਹੋ ਜਾਂ ਉਸੇ ਟਾਈਮ ਪਾਪਾ ਤੁਹਾਨੂੰ ਯਾਦ ਕਰਵਾਉਂਦੇ ਨੇ? ਉਸੇ ਟਾਈਮ। ਤੇ ਤੁਸੀਂ ਕਰ ਲੈਂਦੇ ਹੋ ਯਾਦ? ਕਿੱਦਾਂ, ਸੌਖੇ ਲੱਗਦੇ ਆ ਕਿ ਔਖੇ ਲੱਗਦੇ ਆ? ਸੌਖੇ। ਟਿਕਟੋਕ ਕਿੰਨੀ ਕੁ ਸੌਖੀ ਲੱਗਦੀ ਹੈ, ਕਿੰਨੀ ਕੁ ਔਖੀ ਲੱਗਦੀ ਆ? ਸੌਖੀ। ਸੌਖੀ ਲੱਗਦੀ ਹੈ, ਠੀਕ ਹੈ। ਤੇ ਹੁਣ ਮੈਨੂੰ ਇਹ ਦੱਸੋ ਕਿ ਘਰੇ ਤੁਹਾਨੂੰ ਸਭ ਤੋਂ ਜ਼ਿਆਦਾ ਪਿਆਰ ਕੌਣ ਕਰਦਾ? ਪਾਪਾ। ਤੇ ਮੰਮਾ ਕਿਉਂ ਨਹੀਂ ਕਰਦੇ? ਮੰਮਾ ਪਿਆਰ ਨਹੀਂ ਕਰਦੇ? ਮੈਂ ਦੇਖ ਲਓ, ਮੰਮਾ ਨੇ ਇੰਟਰਵਿਊ ਦੇਖਣਾ ਆ, ਸਹੀ ਸਹੀ ਬੋਲਿਓ, ਮੰਮਾ ਪਿਆਰ ਨਹੀਂ ਕਰਦੇ? ਕਰਦੇ ਆ। ਅਤੇ ਜਦੋਂ ਤੁਸੀਂ ਵੀਡੀਓ ਬਣਾਉਂਦੇ ਆ ਮੰਮਾ ਕੀ ਕਹਿੰਦੇ, ਬੋਲਦੇ ਨੇ ਵੀ ਹਾਂ ਨਮਨ ਕਿਉਂ ਵੀਡੀਓ ਬਣਾ ਰਿਹਾ ਆ, ਮੈਂ ਪੋਚਾ ਲਾ ਰਹੀ ਹਾਂ, ਮੈਂ ਇਹ ਕਰ ਰਹੀ ਹਾਂ, ਕੁਛ ਇੱਦਾਂ ਹੋਇਆ ਕਦੀ ਅੱਜ ਤੱਕ?
ਕਿਉਂਕਿ ਤੁਹਾਡੇ ਬਾਰੇ, ਨਮਨ ਦੇ ਬਾਰੇ ਜ਼ਿਆਦਾਤਰ ਜਿਹੜੇ ਟਿਕਟੋਕ 'ਤੇ ਜਿੰਨੇ ਵੀ ਵਿਊਅਰਸ ਨੇ, ਜਿਹੜੇ ਨਮਨ ਨੂੰ ਦੇਖਣਾ ਚਾਹੁੰਦੇ ਨੇ, ਜਿਹੜੇ ਨਮਨ ਦੀ ਵੀਡੀਓਜ਼ ਦੇਖਦੇ ਨੇ, ਜਿਹੜੇ ਜਿੰਨੇ ਵੀ ਫੋਲੋਅਰਸ ਨੇ ਇਹਨਾਂ ਦੇ ਟਿਕਟੋਕ ਦੇ ਉੱਤੇ, ਉਹ ਇਹ ਚੀਜ਼ ਜਾਣਨਾ ਚਾਹੁੰਦੇ ਨੇ ਕਿਉਂਕਿ ਨਮਨ ਜਿੱਦਾਂ ਦੱਸ ਚੁੱਕਿਆ ਕਿ 5 ਸਾਲ ਦਾ, ਸੋ ਇਹਦੀ ਏਜ ਦੇ ਅਕੋਰਡਿੰਗ ਇੰਨੇ ਇੰਨੇ ਵੱਡੇ ਡਾਇਲੋਗਸ ਨੂੰ ਯਾਦ ਕਰਨਾ, ਉਹਦੇ ਉੱਤੇ ਐਕਟ ਕਰਨਾ, ਹੈਂਡ ਮੂਵਮੈਂਟਸ ਦੇਣੀਆਂ, ਇਹ ਬਹੁਤ ਜ਼ਿਆਦਾ ਔਖੀ ਗੱਲ ਹੁੰਦੀ ਆ। ਅਤੇ ਇਹ ਛੋਟੀਆਂ ਛੋਟੀਆਂ ਜਿਹੀਆਂ ਗੱਲਾਂ ਜਿਹੜੀਆਂ ਮੈਂ ਨਮਨ ਤੋਂ ਪੁੱਛ ਰਹੀ ਹਾਂ, ਇਹ ਸਾਰੇ ਜਾਣਨਾ ਚਾਹੁੰਦੇ ਨੇ ਕਿ ਇਹ ਕਿੱਦਾਂ ਵੀਡੀਓਜ਼ ਬਣਾ ਲੈਂਦਾ ਇਹ, ਨਮਨ ਕਿੱਦਾਂ ਬਣਾ ਲੈਂਦੇ ਵੀਡੀਓਜ਼, ਔਖਾ ਨਹੀਂ ਲੱਗਦਾ? ਬਿਲਕੁਲ ਵੀ ਨਹੀਂ ਔਖਾ ਲੱਗਦਾ। ਅੱਛਾ ਨਮਨ, ਮੈਨੂੰ ਇੱਕ ਗੱਲ ਦੱਸੋ ਕਿ ਵੱਡੇ ਹੋ ਕੇ ਕੀ ਬਣਨਾ? ਐਕਟਰ। ਐਕਟਰ ਬਣਨਾ ਵੱਡੇ ਹੋ ਕੇ? ਕੋਈ ਤੁਸੀਂ ਟਿਕਟੋਕ ਬਣਾਉਂਦੇ ਹੋ, ਇੰਨੀ ਆ ਮੇਰੇ ਹਿਸਾਬ ਨਾਲ 100 ਤੋਂ ਅਬਵ ਵੀਡੀਓਜ਼ ਹੋ ਚੁੱਕੀਆਂ ਨੇ ਹੁਣ ਤੱਕ ਦੀਆਂ ਨਮਨ ਦੀਆਂ, ਅਤੇ ਨਮਨ ਕਿਹੜੇ ਐਕਟਰ ਵਰਗੇ ਬਣਨਾ ਚਾਹੁੰਦੇ ਹੋ ਤੁਸੀਂ? ਪਰਮੇਸ਼ ਵਰਮਾ। ਅੱਛਾ, ਪਰਮੇਸ਼ ਵਰਮਾ ਸਰ ਪਸੰਦ ਨੇ ਤੁਹਾਨੂੰ? ਅਤੇ ਨਮਨ ਕਿਹੜਾ ਇੱਦਾਂ ਦਾ ਡਾਇਲੋਗ ਹੈ ਤੁਹਾਡੇ ਜਿਹੜੇ ਟਿਕਟੋਕ ਵਾਲੇ ਫੋਲੋਅਰਸ ਨੇ ਅਤੇ ਜਿਹੜੇ ਸਾਡੇ ਵਿਊਅਰਸ ਤੁਹਾਨੂੰ ਦੇਖ ਰਹੇ ਨੇ, ਉਹ ਡਾਇਲੋਗ ਕੋਈ ਇੱਕ ਉਹਨਾਂ ਨੂੰ ਸੁਣਾ ਕੇ ਦਿਖਾਓ ਜਿਹੜਾ ਤੁਹਾਨੂੰ ਬਹੁਤ ਪਸੰਦ ਹੈ। ਐਕਟਿੰਗ ਵੀ ਕਰਨੀ ਹੈ ਨਾਲ। ਕਲੈਪਿੰਗ ਹੋ ਜੇ, ਇਹ ਬੜਾ ਬੜੇ ਬੜੀ ਕਿਊਟ ਜਿਹੇ ਵੇ ਦੇ ਨਾਲ ਇਹਨੇ ਡਾਇਲੋਗ ਬੋਲਿਆ। ਇਹ ਕਿਹਨੇ ਸਿਖਾਇਆ ਤੁਹਾਨੂੰ? ਪਾਪਾ ਨੇ। ਸਾਰਾ ਕੁਛ ਪਾਪਾ ਹੀ ਸਿਖਾਉਂਦੇ ਆ, ਮੰਮਾ ਕਿਉਂ ਨਹੀਂ ਸਿਖਾਉਂਦੇ? ਮੈਨੂੰ ਇਸ ਚੀਜ਼ ਦਾ ਡਾਊਟ ਹੈ ਸਾਰਿਆਂ ਨੂੰ, ਮੰਮਾ ਕਿਉਂ ਨਹੀਂ ਸਿਖਾਉਂਦੇ ਕੁਛ? ਮੰਮਾ ਬਾਰੇ ਕੁਛ ਨਹੀਂ ਬੋਲਣਾ, ਘਰੇ ਕੁੱਟ ਪਊਗੀ ਜਾ ਕੇ, ਕੁੱਟ ਪਊਗੀ ਇਹ। ਓਕੇ ਓਕੇ, ਮੰਮਾ ਬਾਰੇ ਕੁਛ ਨਹੀਂ ਬੋਲਣਾ, ਇਹਨਾਂ ਦੇ ਮੰਮਾ ਇੰਟਰਵਿਊ ਦੇਖ ਰਹੇ ਨੇ, ਸੋ ਵਿਊਅਰਸ ਵੀ ਦੇਖ ਰਹੇ ਨੇ, ਮੰਮਾ ਬਾਰੇ ਇਹਨਾਂ ਨੇ ਕੁਛ ਨਹੀਂ ਬੋਲਣਾ ਕਿਉਂਕਿ ਨਮਨ ਦੇ ਮੰਮਾ ਇਹਨੂੰ ਕੁੱਟਦੇ ਬਹੁਤ ਨੇ। ਅੱਛਾ ਨਮਨ, ਮੈਨੂੰ ਇੱਕ ਗੱਲ ਦੱਸੋ, ਸਕੂਲ ਜਾਂਦੇ ਹੋ ਤੁਸੀਂ? ਹਾਂਜੀ। ਠੀਕ ਹੈ, ਅਤੇ ਸਕੂਲ ਦੇ ਵਿੱਚ ਕਿੰਨੇ ਕੁ ਫਰੈਂਡਸ ਨੇ ਤੁਹਾਡੇ? ਵਾਧੂ 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 ਫਰੈਂਡਸ ਨੇ। ਕੋਈ ਇੱਦਾਂ ਦੇ ਇੱਕ ਫਰੈਂਡ ਦਾ ਨਾਮ ਲਵੋ ਜਿਹੜਾ ਤੁਹਾਡਾ ਬੈਸਟ ਫਰੈਂਡ ਆ, ਜਿਹਦੇ ਨਾਲ ਤੁਸੀਂ ਆਪਣਾ ਬੈਂਚ ਸ਼ੇਅਰ ਕਰਦੇ ਹੋ। ਫਰੈਂਡ ਦਾ ਨਾਮ ਲਵੋ ਸਾਰਿਆਂ ਦੇ ਸਾਹਮਣੇ। ਆਰੀਅਨ। ਕੌਣ? ਆਰੀਅਨ। ਅੱਛਾ, ਆਰੀਅਨ ਤੁਹਾਡਾ ਬੈਸਟ ਫਰੈਂਡ ਆ। ਅਤੇ ਕਿਹੜੀ ਟੀਚਰ ਆ ਜਿਹੜੀ ਤੁਹਾਡੀ ਬਹੁਤ ਜ਼ਿਆਦਾ ਫੇਵਰੇਟ ਹੈ? ਪੂਨਮ। ਪੂਨਮ ਮੈਡਮ ਇਹਦੇ ਬਹੁਤ ਫੇਵਰੇਟ ਨੇ। ਕੀ ਪੜ੍ਹਾਉਂਦੇ ਨੇ ਪੂਨਮ ਮੈਡਮ? ਕੀ ਪੜ੍ਹਾਉਂਦੇ ਨੇ? ਕਦੀ ਅੱਜ ਤੱਕ ਕੁੱਟ ਪਈ ਪੂਨਮ ਮੈਡਮ ਤੋਂ? ਕਿਉਂ ਨਹੀਂ ਪਈ? ਹੋਮਵਰਕ ਸਾਰਾ ਕਰਕੇ ਜਾਂਦੇ ਹੋ? ਅੱਛਾ, ਹੋਮਵਰਕ ਕੌਣ ਕਰਵਾਉਂਦਾ ਘਰੇ ਤੁਹਾਨੂੰ? ਮੰਮਾ। ਅੱਛਾ, ਹੋਮਵਰਕ ਮੰਮਾ ਕਰਵਾਉਂਦੇ ਆ, ਯਾਨੀ ਕਿ ਮੰਮਾ ਚਾਹੁੰਦੇ ਨੇ ਕਿ ਮੁੰਡਾ ਪੜ੍ਹ ਲਿਖ ਕੇ ਇੰਜੀਨੀਅਰ ਬਣੇ, ਡਾਕਟਰ ਬਣੇ, ਲੇਕਿਨ ਪਾਪਾ ਚਾਹੁੰਦੇ ਨੇ ਕਿ ਮੁੰਡਾ ਸਾਡਾ ਐਕਟਰ ਬਣੇ। ਸਹੀ ਕਹਿ ਰਹੀ ਹਾਂ ਮੈਂ? ਹਾਂਜੀ। ਅੱਛਾ, ਪਾਪਾ ਕਹਿੰਦੇ ਹੁਣ ਨਹੀਂ ਤੂੰ ਐਕਟਰ ਹੀ ਬਣਨਾ, ਹੈ ਨਾ? ਹਾਂਜੀ। ਅਤੇ ਮੈਂ ਸੁਣਿਆ ਨਮਨ ਤੁਸੀਂ ਇੱਕ ਸ਼ੂਟ ਵੀ ਕਰਕੇ ਆਏ ਹੋ, ਸੌਂਗ ਦਾ ਸ਼ੂਟ ਕੀਤਾ ਤੁਸੀਂ? ਹਾਂਜੀ। ਅੱਛਾ, ਅਤੇ ਜਦੋਂ ਸੌਂਗ ਦਾ ਸ਼ੂਟ ਹੋ ਰਿਹਾ ਸੀ, ਅੱਗੇ ਪਿੱਛੇ ਕਿੰਨੇ ਕੁ ਲੋਕ ਖੜ੍ਹੇ ਸੀ? ਵਾਧੂ ਵਾਧੂ ਖੜ੍ਹੇ ਸੀ। ਇਹ ਬੜਾ ਵਧੀਆ ਡਾਇਲੋਗ ਆ, ਵਾਧੂ ਖੜ੍ਹੇ ਸੀ। ਅਤੇ ਮੈਂ ਇੱਕ ਚੀਜ਼ ਮੇਰੇ ਦਿਮਾਗ 'ਚ ਆ ਰਹੀ ਹੈ, ਨਮਨ ਤੁਸੀਂ ਮੈਨੂੰ ਕਿਹਾ ਕਿ ਮੈਂ ਮੁਕਤਸਰ ਤੋਂ ਆਇਆ, ਠੀਕ ਹੈ, ਪਰ ਮੁਕਤਸਰ ਸਿਟੀ 'ਚੋਂ ਤਾਂ ਤੁਸੀਂ ਆਏ ਨਹੀਂ ਹੋ, ਕਿਹੜੇ ਪਿੰਡ ਨੂੰ ਬਿਲੋਂਗ ਕਰਦੇ ਹੋ ਤੁਸੀਂ? ਪੁੱਤੀਵਾਲਾ। ਕਿਹੜਾ? ਪੁੱਤੀਵਾਲਾ। ਪੁੱਤੀ ਵਾਲਾ ਪਿੰਡ। ਓਕੇ ਓਕੇ, ਨਮਨ ਮੈਨੂੰ ਇਹ ਚੀਜ਼ ਦੱਸੋ ਕਿ ਤੁਹਾਡਾ ਪੜ੍ਹਾਈ ਵੱਲ ਜ਼ਿਆਦਾ ਧਿਆਨ ਆ ਕਿ ਐਕਟਿੰਗ ਵੱਲ? ਪੜ੍ਹਾਈ ਵੱਲ। ਅੱਛਾ, ਪੜ੍ਹਾਈ ਵੱਲ ਜ਼ਿਆਦਾ ਧਿਆਨ ਆ। ਅਤੇ ਐਕਟਿੰਗ ਕਰਨ ਨੂੰ ਤੁਹਾਨੂੰ ਸ਼ੁਰੂ ਸ਼ੁਰੂ ਤੋਂ ਕਿਹਨੇ ਫੋਰਸ ਕੀਤਾ ਸੀ ਵੀ ਨਮਨ ਤੂੰ ਐਕਟਿੰਗ ਕਰਨੀ ਹੈ? ਪਾਪਾ ਨੇ। ਐਕਟਿੰਗ ਦੀ ਜਿੱਥੇ ਵੀ ਗੱਲ ਆਉਂਦੀ ਹੈ ਉੱਥੇ ਪਾਪਾ ਦਾ ਹੀ ਨਾਮ ਆਉਂਦਾ ਹੈ, ਕਿਉਂਕਿ ਇਹਨਾਂ ਦੇ ਪਾਪਾ ਦਾ ਬਹੁਤ ਦਿਲ ਹੈ ਕਿ ਮੇਰਾ ਮੁੰਡਾ ਸਟਾਰ ਬਣੇ, ਐਕਟਰ ਬਣੇ। ਅਤੇ ਪਾਪਾ ਨੇ, ਪਾਪਾ ਨੂੰ ਪਤਾ ਕੁਛ ਵੀ ਪਾਪਾ ਨੂੰ ਕਿਹੜੇ ਐਕਟਰ ਪਸੰਦ ਨੇ? ਹਾਂਜੀ। ਕਿਹੜੇ? ਪਾਪਾ ਨੂੰ ਕੌਣ ਪਸੰਦ ਆ?
ਪਰਮੇਸ਼ਵਰਮਾ। ਅੱਛਾ, ਪਾਪਾ ਨੂੰ ਵੀ ਪਰਮੇਸ਼ਵਰਮਾ ਪਸੰਦ ਆ ਅਤੇ ਮੁੰਡੇ ਨੂੰ ਵੀ ਪਰਮੇਸ਼ਵਰਮਾ ਪਸੰਦ ਆ। ਅਤੇ ਆਪਾਂ ਹੁਣ ਨਮਨ ਗੱਲ ਕਰਦੇ ਹਾਂ ਕਿ ਜਿਹੜੀ ਟਿਕਟੋਕ ਐਪ ਆ ਜਿਹਦੇ ਤੁਸੀਂ ਵੀਡੀਓਜ਼ ਬਣਾਉਂਦੇ ਹੋ, ਇਹਦਾ ਤੁਹਾਨੂੰ ਕਦੋਂ ਪਤਾ ਲੱਗਿਆ ਸੀ, ਕਿਹਨੇ ਦੱਸਿਆ ਇਹਦੇ ਬਾਰੇ? ਪਾਪਾ ਨੇ। ਜਿੰਨੇ ਵੀ ਕੁਐਸਚਨ ਪੁੱਛੇ ਜਾ ਰਹੇ ਨੇ ਨਮਨ ਤੋਂ, ਸਾਫ਼ ਪਤਾ ਲੱਗਦਾ ਆ ਕਿ ਨਮਨ ਨੂੰ ਅੱਗੇ ਤੱਕ ਲੈ ਕੇ ਜਾਣ ਦੇ ਵਿੱਚ, ਉਹਦੇ ਵਿੱਚ ਜਿੰਨੇ ਵੀ ਐਕਟਿੰਗ ਦੇ ਸਕਿੱਲਸ ਨੇ ਸਾਰੇ ਵਿੱਚ ਉਹਦੇ ਪਾਪਾ ਬਾਖੂਬੀ ਆਪਣਾ ਰੋਲ ਨਿਭਾ ਰਹੇ ਨੇ। ਸੋ ਹੋਪ ਕਿ ਬਹੁਤ ਜਲਦ ਤੁਹਾਨੂੰ ਇੱਕ ਨਵਾਂ ਸਟਾਰ ਇੰਡਸਟਰੀ ਦੇ ਵਿੱਚ ਛੋਟਾ ਜਿਹਾ ਦੇਖਣ ਨੂੰ ਮਿਲੇਗਾ। ਅਤੇ ਨਮਨ, ਮੈਂ ਇੱਕ ਗੱਲ ਕਰਦੀ ਹਾਂ, ਹੁਣ ਆਪਾਂ ਆਪਣੀ ਬੋਲੀਵੁੱਡ ਇੰਡਸਟਰੀ ਵਾਲੇ ਪਾਸੇ ਆਉਂਦੇ ਹਾਂ, ਟਿਕਟੋਕ ਤੋਂ ਬਾਅਦ ਦੀ ਜਿਹੜੀ ਲਾਈਫ ਹੈ। ਨਮਨ, ਮੈਂ ਜੇ ਤੁਹਾਨੂੰ ਕਿਸੇ ਫਿਲਮ ਤੋਂ ਫੋਨ ਆਉਂਦਾ ਤੁਹਾਡੇ ਪਾਪਾ ਨੂੰ ਕਿ ਤੁਸੀਂ ਫਿਲਮ ਦੇ ਵਿੱਚ ਇਹ ਸੀਨ ਕਰਨਾ ਹੈ ਇੱਕ ਛੋਟੇ ਬੱਚੇ ਦਾ, ਅਤੇ ਕਰੋਂਗੇ ਜਾਂ ਨਹੀਂ ਕਰੋਂਗੇ? ਹਾਂਜੀ ਕਰੋਂਗੇ। ਅਤੇ ਇੱਦਾਂ ਹੁਣ ਡਰੋਂਗੇ ਤਾਂ ਨਹੀਂ ਤੁਸੀਂ? ਨਹੀਂ। ਅੱਛਾ, ਜਦੋਂ ਤੁਸੀਂ ਟਿਕਟੋਕ ਬਣਾ ਰਹੇ ਹੁੰਦੇ ਹੋ, ਜਿਹੜੀਆਂ ਤੁਸੀਂ ਹੈਂਡ ਮੂਵਮੈਂਟਸ ਦਿੰਦੇ ਹੋ, ਸਾਰੇ ਜਾਣਨਾ ਚਾਹੁੰਦੇ ਨੇ ਇਹ ਚੀਜ਼, ਇਹ ਤੁਹਾਡੇ ਪਾਪਾ ਤੁਹਾਨੂੰ ਸਿਖਾਉਂਦੇ ਨੇ ਕਿ ਤੁਹਾਨੂੰ ਕਿੱਦਾਂ ਕਿੱਦਾਂ ਆ ਜਾਂਦੀ ਹੈ? ਮੈਨੂੰ ਇਹ ਚੀਜ਼ ਨਹੀਂ ਸਮਝ ਆ ਰਹੀ, ਤੁਸੀਂ ਤਾਂ ਬਹੁਤ ਛੋਟੇ ਹੋ ਪਾਪਾ। ਅਤੇ ਤੁਸੀਂ ਸਿੱਖ ਜਾਂਦੇ ਹੋ ਇੱਕ ਮਿੰਟ 'ਚ ਵੀ ਹਾਂ ਪਾਪਾ ਨੇ ਇੱਦਾਂ ਕਹਿ ਤਾ ਅਤੇ ਵੀ ਇਹੀ ਕਰਨਾ ਆ? ਹਾਂਜੀ। ਅੱਛਾ, ਅਸੀਂ ਇੰਨੇ ਵੱਡੇ ਹੋ ਗਏ, ਹਜੇ ਤੱਕ ਸਾਨੂੰ ਨਹੀਂ ਪਤਾ ਲੱਗਦਾ ਹੈਗਾ ਵੀ ਅਸੀਂ ਇੱਦਾਂ ਐਗਜੈਕਟ ਐਕਟਿੰਗ ਕਰਨੀ ਆ। ਅਤੇ ਨਮਨ, ਮੈਨੂੰ ਸੀਰੀਅਸਲੀ ਦੱਸਿਓ ਕਿ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਟਿਕਟੋਕ ਬਣਾਉਂਦੇ ਨੂੰ? ਦੋ ਟਾਈਮ ਹੋ ਗਿਆ। ਦੋ ਮਹੀਨੇ ਹੋ ਗਏ। ਕਿੰਨਾ ਟਾਈਮ ਹੋ ਗਿਆ? ਮੈਂ ਕੈਮਰਾ ਦੇ ਬੈਕ ਸਾਈਡ 'ਤੇ ਤੁਹਾਡੇ ਪਾਪਾ ਖੜ੍ਹੇ ਨੇ, ਉਹ ਕਹਿ ਰਹੇ ਨੇ ਕਿ 2 ਸਾਲ ਹੋ ਗਏ ਤੁਹਾਨੂੰ। ਦੋ ਸਾਲ ਹੋ ਗਏ ਟਿਕਟੋਕ ਬਣਾਉਂਦਿਆਂ ਨੂੰ। ਅਤੇ ਹੁਣ ਤਾਂ ਸੌਖਾ ਲੱਗਦਾ ਹੋਣਾ, ਹੁਣ ਤਾਂ ਔਖਾ ਨਹੀਂ ਲੱਗਦਾ ਹੋਣਾ? ਸੌਖਾ ਲੱਗਦਾ। ਅਤੇ ਇੱਕ ਮੈਂ ਨਮਨ ਦੀ ਹਾਲ ਹੀ ਇੱਕ ਵੀਡੀਓ ਦੇਖੀ ਆ ਮੈਂ, ਅਤੇ ਇੱਥੇ ਆਉਣ ਤੋਂ ਪਹਿਲਾਂ ਮੈਂ ਨਮਨ ਦੀਆਂ ਵੀਡੀਓਜ਼ ਦੇਖ ਰਹੀ ਸੀ। ਇੱਕ ਛੋਟੀ ਜਿਹੀ ਲੜਕੀ ਹੈ, ਉਹ ਵੀ ਟਿਕਟੋਕ 'ਤੇ ਕਾਫੀ ਫੇਮਸ ਹੈ, ਮੈਂ ਆਉਣ ਤੋਂ ਪਹਿਲਾਂ ਵੀਡੀਓਜ਼ ਦੇਖੀਆਂ ਸੀ, ਉਹ ਤੁਹਾਡੀ ਬੈਸਟ ਫਰੈਂਡ ਆ? ਹਾਂਜੀ। ਕਿੱਦਾਂ ਦੀ ਲੱਗਦੀ ਆ ਉਹ, ਸੋਹਣੀ ਲੱਗਦੀ ਹੈ ਕਿ ਮਾੜੀ ਲੱਗਦੀ ਹੈ? ਸੋਹਣੀ। ਅੱਛਾ, ਅਤੇ ਨਮਨ, ਵਿਆਹ ਬਾਰੇ ਕੀ ਵਿਚਾਰ ਆ ਤੁਹਾਡਾ, ਕਦੋਂ ਕੁ ਤੱਕ ਕਰਵਾਉਣਾ? ਹਜੇ ਨਹੀਂ ਕਰਵਾਉਣਾ। ਅਤੇ ਜੇ ਨਮਨ, ਤੁਸੀਂ ਹੁਣ ਸਟਾਰ ਬਣ ਰਹੇ ਹੋ ਦਿਨ ਬ ਦਿਨ ਟਿਕਟੋਕ 'ਤੇ, ਤੁਹਾਡੇ ਇੰਨੇ ਫੋਲੋਅਰਸ ਗੇਨ ਹੋ ਰਹੇ ਆ, ਜੇ ਕਿਸੇ ਕੁੜੀ ਨੇ ਤੁਹਾਡੇ ਪਾਪਾ ਨੂੰ ਫੋਨ ਕਰਕੇ ਕਹਿ ਤਾ ਕਿ ਮੈਂ ਨਮਨ ਨਾਲ ਵਿਆਹ ਕਰਵਾਉਣਾ, ਫਿਰ ਕੀ ਕਹੋਗੇ ਤੁਸੀਂ? ਨਹੀਂ। ਕਿਉਂ ਨਹੀਂ, ਕਿਉਂ ਕਰੋਗੇ? ਜੇ ਉਹ ਕੁੜੀ ਸੋਹਣੀ ਹੋਈ ਫਿਰ? ਹਾਂਜੀ, ਫਿਰ ਕਰਵਾ ਲਓਗੇ। ਇਹ ਜੈਨੂਇਨ ਰਿਵਿਊ ਆ ਜੀ, ਪਾਪਾ ਇਹਦੇ ਬੈਕ ਸਾਈਡ ਕੈਮਰਾ 'ਤੇ ਖੜ੍ਹੇ ਨੇ, ਉਹ ਸੁਣ ਰਹੇ ਨੇ। ਜੇ ਕੋਈ ਕੁੜੀ ਹੈ ਜਿਹੜੀ ਨਮਨ ਨੂੰ ਪਸੰਦ ਕਰਦੀ ਹੈ, ਤੁਸੀਂ ਦੇਖ ਰਹੇ ਹੋ ਸਾਰੇ, ਤਾਂ ਉਹਦੇ ਪਾਪਾ ਨੂੰ ਕਾਲ ਕਰ ਸਕਦੇ ਹੋ। ਅਤੇ ਕੀ ਨੰਬਰ ਦਿਓਗੇ ਪਾਪਾ ਦਾ? ਹਾਂਜੀ। ਅੱਛਾ, ਨੰਬਰ ਦਿਓਗੇ ਪਾਪਾ ਦਾ? ਅੱਛਾ, ਟਿਕਟੋਕ ਐਪਲੀਕੇਸ਼ਨ ਤਾਂ ਦੇਖਦੇ ਹੋ ਤੁਸੀਂ, ਯਾਦ ਆ ਕੁਛ ਦਿਮਾਗ ਦੇ ਵਿੱਚ? ਯਾਦ ਆ ਕਿ ਉਹ ਵੀ ਪਾਪਾ ਨੂੰ ਯਾਦ ਆ ਕਿ ਕਿਹਨੂੰ ਕਿਹਨੂੰ ਫੋਲੋ ਕੀਤਾ ਹੋਇਆ? ਕੁੜੀ ਕਿਹੜੀ ਫੋਲੋ ਕੀਤੀ ਸੀ ਟਿਕਟੋਕ 'ਤੇ? ਅੱਛਾ ਨਮਨ, ਮੈਨੂੰ ਇੱਕ ਗੱਲ ਦੱਸੋ, ਤੁਸੀਂ ਅਜੇ ਬੜੇ ਛੋਟੇ ਹੋ ਅਤੇ ਬੜਾ ਔਖੇ ਹੋ ਕੇ ਆਂਸਰ ਸਾਨੂੰ ਮਿਲ ਰਹੇ ਨੇ, ਪਰ ਵਧੀਆ ਮਿਲ ਰਹੇ ਨੇ। ਆਪਾਂ ਇੱਕ ਗੇਮ ਵੀ ਪਲੇ ਕਰਦੇ ਹਾਂ ਨਮਨ ਦੇ ਨਾਲ। ਬਟ ਨਮਨ, ਇੱਕ ਜਿਹੜੀ ਲੜਕੀ ਹੈ ਜਿਹੜੀ ਜਿਹਨਾਂ ਤੁਸੀਂ ਵੀਡੀਓ ਬਣਾਈ ਹੈ ਆਪਣੀ ਹਾਲੇ ਛੋਟੀ ਜੀ, ਅਤੇ ਜੇ ਉਹ ਤੁਹਾਨੂੰ ਕਹਿੰਦੀ ਹੈ ਕਿ ਮੇਰੇ ਨਾਲ ਵਿਆਹ ਕਰਾ ਲਓ, ਤੁਸੀਂ ਕਰਾ ਲਓਗੇ? ਹਾਂਜੀ। ਪੱਕੀ ਗੱਲ ਆ? ਹਾਂਜੀ। ਨਾਮ ਪਤਾ ਕੀ ਆ? ਹਾਂਜੀ। ਕੀ ਨਾਮ ਹੈ ਉਹਦਾ? ਨਵੂ। ਨਵੂ, ਦੇਖ ਲਓ, ਨਵੂ ਦਾ ਇਹਨੂੰ ਨਾਮ ਵੀ ਯਾਦ ਹੈ। ਨਵੂ, ਤੁਹਾਡੀ ਕ੍ਰਸ਼ ਹੈ? ਹਾਂਜੀ। ਸੋਹਣੀ ਲੱਗ ਰਹੀ ਹੈ? ਹਾਂਜੀ। ਜਦੋਂ ਵੀਡੀਓ ਬਣਾਈ ਸੀ ਨਵੂ ਨਾਲ, ਸੰਗ ਲੱਗੀ ਸੀ? ਨਹੀਂ ਲੱਗੀ ਸੀ। ਅੱਛਾ, ਉਹਨੇ ਕੁਛ ਤੁਹਾਡੇ ਕੰਨ ਦੇ ਵਿੱਚ ਕਿਹਾ ਹੋਵੇ ਵੀਡੀਓ ਬਣਾਉਣ ਲੱਗੇ? ਨਹੀਂ। ਕੋਈ ਗੱਲ ਨਹੀਂ,
ਆਪਸ 'ਚ ਕਦੀ ਫੋਨ 'ਚ ਗੱਲ ਵੀ ਨਹੀਂ ਹੋਈ? ਆਪਾਂ ਹੌਲੀ ਗੱਲ ਕਰ ਰਹੇ ਹਾਂ, ਹੌਲੀ ਪੁੱਛ ਰਹੇ ਹਾਂ। ਕੋਈ ਗੱਲ ਹੈਗੀ ਮੈਨੂੰ ਦੱਸ ਦਿਓ, ਆਪਾਂ ਪਾਪਾ ਨੂੰ ਨਹੀਂ ਦੱਸਦੇ। ਨਹੀਂ ਕਦੀ ਕਿਸੇ ਕੁੜੀ ਨਾਲ ਫੋਨ 'ਤੇ ਗੱਲ ਹੋਈ? ਟਿਕਟੋਕ 'ਤੇ ਕੋਈ ਕੁੜੀ ਜਿਹੜੀ ਤੁਹਾਨੂੰ ਬਹੁਤ ਪਸੰਦ ਹੈ, ਹੈ ਕੋਈ ਟਿਕਟੋਕ 'ਤੇ? ਨਹੀਂ। ਅੱਛਾ, ਟਿਕਟੋਕ 'ਤੇ ਕੋਈ ਮੇਲ ਆਰਟਿਸਟ ਜਿਹੜਾ ਤੁਹਾਨੂੰ ਬਹੁਤ ਪਸੰਦ ਹੈ? ਅੱਛਾ, ਕੌਣ ਹੈ? ਅਨੁਸ਼ੀ। ਨਹੀਂ, ਆਰੁਸ਼ੀ ਤਾਂ ਫਿਰ ਫੀਮੇਲ ਹੋ ਗਈ ਨਾ। ਮੁੰਡਾ ਕੋਈ ਟਿਕਟੋਕ ਵਾਲਾ ਪਸੰਦ? ਗੈਰੀ। ਗੈਰੀ ਬਹੁਤ ਪਸੰਦ ਨੇ ਜੀ। ਅਤੇ ਗੈਰੀ ਨੂੰ ਹੁਣ ਜਦੋਂ ਤੁਸੀਂ ਘਰੇ ਜਾਓਗੇ ਨਾ, ਵੀਡੀਓ ਬਣਾ ਕੇ ਇੱਕ ਵਾਰੀ ਮੈਂਸ਼ਨ ਜ਼ਰੂਰ ਕਰ ਦਿਓ, ਲੋਕਾਂ ਨੂੰ ਪਤਾ ਲੱਗ ਜਾਏ ਕਿ ਨਮਨ ਦੇ ਫੇਵਰੇਟ ਟਿਕਟੋਕ ਸਟਾਰ ਕਿਹੜੇ ਨੇ। ਅਤੇ ਫੋਲੋ ਕਰਦੇ ਹੋ ਗੈਰੀ ਨੂੰ ਅਤੇ ਆਰੁਸ਼ੀ ਨੂੰ? ਹਾਂਜੀ। ਦੇਖਦੇ ਹੋ ਉਹਨਾਂ ਦੀਆਂ ਵੀਡੀਓਜ਼ ਕਿ ਉਹ ਕਿੱਦਾਂ ਐਕਟਿੰਗ ਕਰਦੇ ਨੇ? ਹਾਂਜੀ। ਓਕੇ ਜੀ, ਅਤੇ ਨਮਨ ਤੁਸੀਂ ਕਿਹੜੀ ਕਲਾਸ 'ਚ ਦੱਸਿਆ ਸੀ, ਕਿਹੜੀ ਕਲਾਸ 'ਚ ਪੜ੍ਹਦੇ ਹੋ? KGD। KGD ਦੇ ਵਿੱਚ ਸੈਕਸ਼ਨ ਵੀ ਦੱਸਤਾ ਉਹਨੇ ਆਪਣਾ, ਜੇ ਮਿਲਣਾ ਹੋਵੇ ਤਾਂ ਡੀ ਸੈਕਸ਼ਨ ਆ। ਸਕੂਲ 'ਚ ਇੱਧਰ ਉੱਧਰ ਨਾ ਘੁੰਮਿਓ, ਠੀਕ ਹੈ? ਸਕੂਲ ਦਾ ਨਾਮ ਨਹੀਂ ਤੁਸੀਂ ਸਾਨੂੰ ਦੱਸਿਆ ਹਜੇ ਤੱਕ। DAV। DAV। ਅੱਛਾ, ਮੈਨੂੰ ਇੱਕ ਚੀਜ਼ ਮੈਂ ਚੈੱਕ ਕਰਕੇ ਆਈ ਹਾਂ ਹੁਣੇ ਨਮਨ ਬਾਰੇ। ਨਮਨ, ਤੁਸੀਂ ਅੰਮ੍ਰਿਤਸਰ ਗਏ ਸੀ ਹੈਰੀਟੇਜ ਸਟਰੀਟ? ਹਾਂਜੀ। ਅਤੇ ਬਹੁਤ ਜ਼ਿਆਦਾ ਲੋਕ ਤੁਹਾਡੇ ਨਾਲ ਫੋਟੋ ਕਰਵਾ ਰਹੇ ਸੀ? ਹਾਂਜੀ। ਅਤੇ ਜਦੋਂ ਤੁਹਾਡੇ ਨਾਲ, ਤੁਸੀਂ ਹਜੇ ਛੋਟੇ ਹੋ, ਵੱਡੇ ਬੰਦੇ ਨੂੰ ਪਤਾ ਹੁੰਦਾ ਕਿ ਮੈਂ ਸਟਾਰ ਹੈ ਜਾਂ ਕਿੱਦਾਂ ਵੀ ਹੈ, ਮੇਰੇ ਨਾਲ ਸਾਰੇ ਫੋਟੋ ਕਰਵਾ ਰਹੇ ਨੇ, ਜਦੋਂ ਤੁਹਾਡੇ ਨਾਲ ਫੋਟੋ ਕਰਵਾ ਰਹੇ ਸੀ ਕਿੱਦਾਂ ਦਾ ਲੱਗ ਰਿਹਾ ਸੀ? ਸੰਗ ਲੱਗ ਰਹੀ ਸੀ? ਨਹੀਂ। ਕੀ ਲੱਗ ਰਿਹਾ ਸੀ? ਮਜ਼ਾ ਆ ਰਿਹਾ ਸੀ? ਹਾਂਜੀ। ਕੀ ਕੀ ਗੱਲ ਕੀ ਕਰ ਰਹੇ ਸੀ? ਕੋਈ ਕੁਛ ਬੋਲ ਰਿਹਾ ਸੀ ਤੁਹਾਨੂੰ? ਨਹੀਂ। ਕੋਈ ਵੀ ਨਹੀਂ ਬੋਲ ਰਿਹਾ ਸੀ? ਨਹੀਂ। ਅੱਛਾ, ਫੋਟੋ ਕਰਵਾਈ ਗਏ ਸਾਰੇ ਅਤੇ ਤੁਸੀਂ ਵੀ ਕਰਵਾ ਲਈ? ਅਤੇ ਹੁਣ ਜਦੋਂ ਤੁਸੀਂ ਇੰਟਰਵਿਊ ਕਰਕੇ ਬਾਹਰ ਨਿਕਲੋਗੇ, ਤੁਹਾਨੂੰ ਕੋਈ ਫੋਲੋ ਕਰ ਰਿਹਾ ਹੋਊਗਾ, ਤੁਹਾਨੂੰ ਕਹੂਗਾ ਨਮਨ ਇੱਕ ਮਿੰਟ ਮੈਂ ਤੁਹਾਡੇ ਨਾਲ ਫੋਟੋ ਕਰਵਾਉਣੀ ਹੈ, ਕਰਵਾਉਂਗੇ? ਹਾਂਜੀ। ਅੱਛਾ, ਅਤੇ ਆਪਾਂ ਇੱਕ ਹੋਰ ਰਿਵਿਊ ਲੈਂਦੇ ਹਾਂ। ਆਪਾਂ ਫਿਲਹਾਲ ਪਹਿਲਾਂ ਵੀ ਜਦੋਂ ਇੰਟਰਵਿਊ ਕੀਤੀ ਸੀਗੀ ਅਤੇ ਹੁਣ ਆਪਾਂ ਨਮਨ, ਖੈਰ ਛੋਟਾ ਆ, ਫਿਰ ਵੀ ਆਪਾਂ ਨਮਨ ਤੋਂ ਪੁੱਛਣਾ ਚਾਹਾਂਗੇ ਕਿ ਨਮਨ, ਟਿਕਟੋਕ ਕਿੰਨੀ ਕੁ ਵਧੀਆ ਲੱਗਦੀ ਹੈ? ਵਾਧੂ। ਵਾਧੂ, ਕੁਛ ਵੀ ਪੁੱਛ ਲਓ, ਵਾਧੂ ਵਾਧੂ ਵਧੀਆ ਲੱਗਦੀ ਹੈ। ਅੱਛਾ, ਅਤੇ ਜੇ ਸਟਾਰ ਬਣਨਾ ਹੋਵੇ ਟਿਕਟੋਕ ਦੇ ਥਰੂ, ਤੁਹਾਨੂੰ ਔਫਰ ਆਵੇ ਤਾਂ ਐਕਸੈਪਟ ਕਰੋਗੇ? ਹਾਂਜੀ। ਓਕੇ ਨਮਨ, ਤੋਂ ਆਪਾਂ ਨਾ ਤੁਹਾਡੀ ਟਿਕਟੋਕ ਵੀਡੀਓ ਦੇਖੀਏ ਜਿਹੜੀ ਤੁਸੀਂ ਆਪਣੇ ਪਾਪਾ ਦੇ ਨਾਲ ਬਣਾਈ ਆ। ਉਹਦੇ ਵਿੱਚ ਤੁਹਾਡੇ ਪਾਪਾ ਤੁਹਾਨੂੰ ਇਮੋਜੀਜ਼ ਬਣਾਉਣ ਲਈ ਕਹਿੰਦੇ ਆ, ਹੁਣ ਮੈਂ ਵੀ ਤੁਹਾਡੇ ਨਾਲ ਉਹੀ ਪਲੇ ਕਰੂੰਗੀ। ਓਕੇ, ਤਾਂ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਫੇਸ ਬਣਾਓਗੇ, ਗੁੱਸਾ। ਸ਼ੀ ਇਜ਼ ਵੈਰੀ ਕਿਊਟ, ਵੈਰੀ ਕਿਊਟ। ਓਕੇ, ਕਿਊਟਨੈਸ, ਸਮਾਈਲ, 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 ਹੈਪੀ ਵਾਲੀ ਸਮਾਈਲ, ਸੋਹਣੀ ਹੈ ਵੈਸੇ, ਵਧੀਆ। ਮੈਨੂੰ ਗੁੱਸੇ ਵਾਲਾ ਬਹੁਤ ਵਧੀਆ ਲੱਗਿਆ। ਦੁਬਾਰਾ ਇੱਕ ਵਾਰੀ ਰਿਪੀਟ ਕਰ ਦਿਓ, ਗੁੱਸਾ ਕਿੱਦਾਂ ਕਰਦੇ ਹੋ ਨਮਨ ਤੁਸੀਂ? ਅਤੇ ਜਦੋਂ ਘਰੇ ਲੜਦੇ ਹੋ ਉਹਦਾ ਵੀ ਐਂ ਕਰਦੇ ਹੋ? ਹਾਂਜੀ। ਅਤੇ ਜੇ ਮੈਂ ਤੁਹਾਨੂੰ ਕਿਹਾ ਤਾਂ ਮੈਂ ਤੁਹਾਡਾ ਇੰਟਰਵਿਊ ਨਹੀਂ ਕਰਨਾ, ਮੈਂ ਜਾ ਰਹੀ ਹਾਂ ਉੱਠ ਕੇ, ਫਿਰ ਕੀ ਕਰੋਗੇ? ਓਕੇ ਓਕੇ ਫਾਈਨ। ਅਤੇ ਮੈਂ ਨਾ ਫਿਲਹਾਲ ਇੱਕ ਵੀਡੀਓ ਦੇਖ ਕੇ ਹਟੀ ਹਾਂ ਨਮਨ ਦੀ, ਉਹ ਮੈਨੂੰ ਵੀ ਬੜੀ ਪਸੰਦ ਹੈ ਅਤੇ ਉਹਦੇ ਵਿਊਜ਼ ਵੀ ਬੜੇ ਅੱਛੇ ਨੇ। ਅਤੇ ਵੀਡੀਓ 'ਤੇ ਤਾਂ ਨਮਨ ਬਹੁਤ ਵਧੀਆ ਐਕਟਿੰਗ ਕਰਦਾ ਹੈ, ਅਸੀਂ ਵੀ ਦੇਖਦੇ, ਤੁਸੀਂ ਸਾਰੇ ਦੇਖਦੇ ਹੋ, ਬਟ ਮੈਂ ਦੇਖਣਾ ਚਾਹੁੰਦੀ ਹਾਂ ਕਿ ਰੀਅਲ ਦੇ ਵਿੱਚ ਨਮਨ ਕਿੰਨੇ ਕੁ ਜ਼ਿਆਦਾ ਟੇਕ ਲੈ ਲੈਂਦਾ ਹੈ ਇੱਕ ਸ਼ੋਟ ਲਈ, ਅਤੇ ਕਿੱਦਾਂ ਦੀ ਐਕਟਿੰਗ ਕਰਦਾ ਹੈ। ਸੋ ਨਮਨ, ਕਰੀਏ ਸ਼ੁਰੂ ਫਿਰ, ਕਰਵਾਈਏ ਐਕਟਿੰਗ। ਚਲੋ ਜੀ, ਕਰੋ, ਸਟਾਰਟ ਕਰੋ। ਸਭ ਕੁਛ ਤੋਂ ਨਵਾਂ